ਰੂਸ ਨੇ ਯੂਕਰੇਨ ਦੇ ਪੱਛਮੀ ਸ਼ਹਿਰਾਂ ਇਵਾਨੋ ਫ੍ਰੈਂਕਸਵਿਕ ਅਤੇ ਲੂਟਸਕ ਦੇ ਵਿੱਚ ਕੀਤੇ ਹਮਲੇ। ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਕਰ ਦਿੱਤੀ ਹੈ ਅਪੀਲ। ਇਹਨਾਂ ਸ਼ਹਿਰਾਂ ਤੇ ਹਮਲੇ ਰੂਸ ਦੇ ਯੁੱਧ ਨੂੰ ਇੱਕ ਨਵੀਂ ਦਿਸ਼ਾ ਦੇ ਵੱਲ ਲੈ ਜਾਣ ਦੇ ਨੇ ਸੰਕੇਤ। ਰੂਸ ਨੇ ਯੂਕਰੇਨ ਦੇ ਪੱਛਮੀ ਸ਼ਹਿਰਾਂ ਇਵਾਨੋ ਫ੍ਰੈਂਕਸਵਿਕ ਅਤੇ ਲੂਟਸਕ ਦੇ ਵਿੱਚ ਹਵਾਈ ਅੱਡਿਆਂ ਦੇ ਨੇੜੇ ਹਮਲੇ ਕਰ ਦਿੱਤੇ ਨੇ ਜੋ ਕਿ ਯੂਕਰੇਨ ਵਿੱਚ ਰੂਸ ਦੇ ਹਮਲੇ ਦੇ ਮੁੱਖ ਨਿਸ਼ਾਨੇ ਤੋਂ ਬਹੁਤ ਦੂਰ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਵਾਨੋ ਫ੍ਰੈਂਕਸਵਿਕ ਦੇ ਮੇਅਰ ਰੁਸਲਾਨ ਮਾਰਕਸਿਕ ਨੇ ਹਵਾਈ ਹਮਲੇ ਦੀ ਚੇਤਾਵਨੀ ਦਿੱਤੀ ਹੈ ਅਤੇ ਨਾਲ ਹੀ ਬਾਅਦ ਦੇ ਵਿੱਚ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਵਾਸਤੇ ਅਪੀਲ ਵੀ ਕੀਤੀ ਹੈ। ਲੂਟਸਕ ਦੇ ਮੇਅਰ ਨੇ ਵੀ ਹਵਾਈ ਅੱਡੇ ਦੇ ਨੇੜੇ ਹਵਾਈ ਹਮਲੇ ਦੀ ਜਾਣਕਾਰੀ ਦਿੱਤੀ ਹੈ। ਇਹ ਦੋਵੇਂ ਸ਼ਹਿਰ ਰੂਸ ਦੇ ਮੁੱਖ ਨਿਸ਼ਾਨੇ ਵਾਲੇ ਖੇਤਰਾਂ ਤੋਂ ਬਹੁਤ ਦੂਰ ਹਨ। ਇਹਨਾਂ ਸ਼ਹਿਰਾਂ 'ਤੇ ਹਮਲੇ ਰੂਸ ਦੇ ਯੁੱਧ ਨੂੰ ਇੱਕ ਨਵੀਂ ਦਿਸ਼ਾ ਦੇ ਵੱਲ ਲੈ ਜਾਣ ਦਾ ਸੰਕੇਤ ਵੀ ਜ਼ਾਹਿਰ ਕਰ ਰਹੇ ਨੇ। ਜਾਣਕਾਰੀ ਦੇ ਮੁਤਾਬਿਕ ਯੂਕਰੇਨ ਤੇ ਰੂਸ ਦੀ ਫੌਜੀ ਕਾਰਵਾਈ ਦੌਰਾਨ ਦੇਸ਼ ਦੇ ਦੂਜੇ ਪਾਸੇ ਦੇ ਸ਼ਹਿਰ ਲੂਟਸਕ ਅਤੇ ਨਿਪਰੋ ਸ਼ੁੱਕਰਵਾਰ ਨੂੰ ਹਮਲੇ ਦੀ ਚਪੇਟ ਦੇ ਵਿੱਚ ਆ ਗਏ, ਜਿੱਥੇ ਕਿ ਲੂਟਸਕ ਦੇ ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਅਤੇ ਸੋਸ਼ਲ ਮੀਡੀਆ 'ਤੇ ਇਸ ਦੇ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ। ਸ਼ਹਿਰ ਦੇ ਏਅਰਫੀਲਡ ਨੇੜੇ ਧਮਾਕੇ ਦੀ ਪੁਸ਼ਟੀ ਕੀਤੀ ਗਈ ਹੈ। ਯੂਕਰੇਨੀ ਮੀਡੀਆ ਨੇ ਉੱਤਰ ਪੱਛਮੀ ਯੂਕਰੇਨ ਦੇ ਲੂਟਸਕ ਸ਼ਹਿਰ ਦੇ ਨਾਲ ਨਾਲ ਡਨੀਪਰ ਨਦੀ ਦੇ ਕੰਢੇ 'ਤੇ ਡਨੀਪਰੋ ਸ਼ਹਿਰ ਦੇ ਵਿੱਚ ਧਮਾਕੇ ਦੀ ਰਿਪੋਰਟ ਦਿੱਤੀ ਹੈ। ਬੀਬੀਸੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਪਹਿਲਾਂ ਕੋਈ ਗੋਲੀਬਾਰੀ ਨਹੀਂ ਹੋਈ ਸੀ। ਇੱਥੇ ਧਮਾਕੇ ਤੋਂ ਕਈ ਘੰਟੇ ਪਹਿਲਾਂ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਵੀ ਹੋ ਗਏ ਸਨ। ਤਾਂ ਤੁਸੀਂ ਇਸ ਪੂਰੀ ਦੀ ਪੂਰੀ ਗੱਲਬਾਤ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਅਤੇ ਜ਼ਿਆਦਾ ਜਾਣਕਾਰੀ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ 'ਤੇ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।